ਇਸ ਬੱਸ ਦੇ ਡਰਾਈਵਰ ਨੇ ਤਾਂ ਕਮਾਲ ਹੀ ਕਰਤੀ, ਜੇਕਰ ਕੋਈ ਹੋਰ ਹੁੰਦਾ ਤਾਂ ਵੱਡਾ ਹਾਦਸਾ ਹੋ ਜਾਣਾ ਸੀ। ਬੇਕਾਬੂ ਹੋਈ ਬੱਸ ਤੇ ਦੇਖੋ ਇਹਨੇ ਕਿਵੇਂ ਕਾਬੂ ਪਾਇਆ। ਗੱਡੀਆਂ 'ਚ ਵੱਜਣ ਵਾਲੀ ਸੀ ਕਿ ਇਸਨੇ ਸਿੱਧਾ ਲਿਜਾ ਕੇ ਬੱਸ ਡਿਵਾਈਡਰ 'ਤੇ ਚੜਾ ਦਿੱਤੀ। ਹਾਲਾਂਕਿ ਬੱਸ ਦਾ ਤਾਂ ਨੁਕਸਾਨ ਹੋਇਆ ਏ, ਪਰ ਕਿਸੇ ਵੀ ਸਵਾਰੀ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਨਾ ਹੀ ਕਿਸੇ ਬਾਹਰ ਖੜ੍ਹੇ ਵਿਅਕਤੀ ਜਾਂ ਫਿਰ ਗੱਡੀ ਦੇ ਵਿੱਚ ਬੱਸ ਵੱਜੀ ਹੈ। ਦਰਅਸਲ ਤੇਜ਼ ਰਫ਼ਤਾਰ ਦੇ ਨਾਲ ਇਹ ਬੱਸ ਆ ਰਹੀ ਸੀ, ਅਚਾਨਕ ਬੇਕਾਬੂ ਹੋ ਜਾਂਦੀ ਹੈ, ਜਿਸ ਤੋਂ ਬਾਅਦ ਡਰਾਈਵਰ ਆਪਣੀ ਸੂਝ ਬੂਝ ਦੇ ਨਾਲ ਇਸ ਨੂੰ ਦੂਜੀ ਪੱਟੀ 'ਤੇ ਉਤਾਰ ਕੇ ਡਿਵਾਈਡਰ 'ਤੇ ਚੜਾ ਦਿੰਦਾ ਹੈ, ਜਿਸ ਕਰਕੇ ਬੱਸ ਥਾਂ ਰੁਕ ਜਾਂਦੀ ਹੈ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਜਾਂਦਾ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਹਲਕਾ ਦਸੂਹਾ ਤੋਂ, ਜਿੱਥੇ ਪਠਾਨਕੋਟ ਦੇ ਵੱਲੋਂ ਆ ਰਹੀ ਇੱਕ ਬੱਸ ਜੋ ਕਿ ਪ੍ਰਾਈਵੇਟ ਕੰਪਨੀ ਦੀ ਬੱਸ ਹੈ, ਅਚਾਨਕ ਬੇਕਾਬੂ ਹੋ ਜਾਂਦੀ ਹੈ, ਜਿਸ ਕਰਕੇ ਆਲੇ ਦੁਆਲੇ ਗੱਡੀਆਂ ਜਿਹੜੀਆਂ ਖੜੀਆਂ ਸੀ ਉਸਦੇ ਵਿੱਚ ਵੱਜਣ ਦਾ ਖਤਰਾ ਹੋ ਜਾਂਦਾ ਹੈ। ਪਰ ਜਿਹੜਾ ਬੱਸ ਦਾ ਡਰਾਈਵਰ ਹੈ ਉਹ ਸੂਝਬੂਝ ਦਿਖਾਉਂਦੇ ਹੋਏ ਇਸ ਬੱਸ ਨੂੰ ਫੁੱਟਪਾਥ 'ਤੇ ਚੜਾ ਦਿੰਦਾ ਹੈ, ਜਿਸ ਕਰਕੇ ਬੱਸ ਥਾਂ ਰੁਕ ਜਾਂਦੀ ਹੈ ਅਤੇ ਬੱਸ ਦਾ ਨੁਕਸਾਨ ਜ਼ਰੂਰ ਹੁੰਦਾ ਹੈ, ਪਰ ਕਿਸੇ ਵੀ ਰਾਹਗੀਰ ਜਾਂ ਫਿਰ ਖੜੀ ਗੱਡੀ ਦਾ ਨੁਕਸਾਨ ਤੋਂ ਬਚਾ ਰਿਹਾ ਹੈ। ਰੈੱਡ ਲਾਈਟ ਹੋਈ ਸੀ, ਬੱਸਾਂ ਕਾਰਾਂ ਖੜੀਆਂ ਸੀ, ਕਾਰਾਂ ਨੂੰ ਬਚਾਉਣ ਤੱਕ ਜਾਂਦੇ ਇਹਨੇ ਇਹ ਵੀ ਕ੍ਰੋਸ ਕਰ ਲਿਆ, ਸਿੱਧੀ ਇੱਥੇ ਪਲਾਟ ਦੇ ਵਿੱਚ ਆਈ ਬਸ, ਪਲਾਟ 'ਚ ਆ ਕੇ ਬ੍ਰੇਕ ਫੇਲ ਹੋ ਗਈ ਬਸ। ਅੱਛਾ ਜੀ, ਕੋਈ ਨੁਕਸਾਨ ਨਹੀਂ ਹੋਇਆ? ਨਹੀਂ, ਨੁਕਸਾਨ ਸਭ ਬਚਾ ਹੋਇਆ ਜੀ। ਇਸ ਬੱਸ ਦੇ ਡਰਾਈਵਰ ਨੇ ਤਾਂ ਕਮਾਲ ਹੀ ਕਰਤੀ, ਜੇਕਰ ਕੋਈ ਹੋਰ ਹੁੰਦਾ ਤਾਂ ਵੱਡਾ ਹਾਦਸਾ ਹੋ ਜਾਣਾ ਸੀ। ਬੇਕਾਬੂ ਹੋਈ ਬੱਸ ਤੇ ਦੇਖੋ ਇਹਨੇ ਕਿਵੇਂ ਕਾਬੂ ਪਾਇਆ। ਗੱਡੀਆਂ 'ਚ ਵੱਜਣ ਵਾਲੀ ਸੀ ਕਿ ਇਸਨੇ ਸਿੱਧਾ ਲਿਜਾ ਕੇ ਬੱਸ ਡਿਵਾਈਡਰ 'ਤੇ ਚੜਾ ਦਿੱਤੀ। ਹਾਲਾਂਕਿ ਬੱਸ ਦਾ ਤਾਂ ਨੁਕਸਾਨ ਹੋਇਆ ਏ, ਪਰ ਕਿਸੇ ਵੀ ਸਵਾਰੀ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਨਾ ਹੀ ਕਿਸੇ ਬਾਹਰ ਖੜ੍ਹੇ ਵਿਅਕਤੀ ਜਾਂ ਫਿਰ ਗੱਡੀ ਦੇ ਵਿੱਚ ਬੱਸ ਵੱਜੀ ਹੈ। ਦਰਅਸਲ ਤੇਜ਼ ਰਫ਼ਤਾਰ ਦੇ ਨਾਲ ਇਹ ਬੱਸ ਆ ਰਹੀ ਸੀ, ਅਚਾਨਕ ਬੇਕਾਬੂ ਹੋ ਜਾਂਦੀ ਹੈ, ਜਿਸ ਤੋਂ ਬਾਅਦ ਡਰਾਈਵਰ ਆਪਣੀ ਸੂਝ ਬੂਝ ਦੇ ਨਾਲ ਇਸ ਨੂੰ ਦੂਜੀ ਪੱਟੀ 'ਤੇ ਉਤਾਰ ਕੇ ਡਿਵਾਈਡਰ 'ਤੇ ਚੜਾ ਦਿੰਦਾ ਹੈ, ਜਿਸ ਕਰਕੇ ਬੱਸ ਥਾਂ ਰੁਕ ਜਾਂਦੀ ਹੈ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਜਾਂਦਾ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਹਲਕਾ ਦਸੂਹਾ ਤੋਂ, ਜਿੱਥੇ ਪਠਾਨਕੋਟ ਦੇ ਵੱਲੋਂ ਆ ਰਹੀ ਇੱਕ ਬੱਸ ਜੋ ਕਿ ਪ੍ਰਾਈਵੇਟ ਕੰਪਨੀ ਦੀ ਬੱਸ ਹੈ, ਅਚਾਨਕ ਬੇਕਾਬੂ ਹੋ ਜਾਂਦੀ ਹੈ, ਜਿਸ ਕਰਕੇ ਆਲੇ ਦੁਆਲੇ ਗੱਡੀਆਂ ਜਿਹੜੀਆਂ ਖੜੀਆਂ ਸੀ ਉਸਦੇ ਵਿੱਚ ਵੱਜਣ ਦਾ ਖਤਰਾ ਹੋ ਜਾਂਦਾ ਹੈ। ਪਰ ਜਿਹੜਾ ਬੱਸ ਦਾ ਡਰਾਈਵਰ ਹੈ ਉਹ ਸੂਝ ਬੂਝ ਦਿਖਾਉਂਦੇ ਹੋਏ ਇਸ ਬੱਸ ਨੂੰ ਫੁੱਟਪਾਥ 'ਤੇ ਚੜਾ ਦਿੰਦਾ ਹੈ, ਜਿਸ ਕਰਕੇ ਬੱਸ ਥਾਂ ਰੁਕ ਜਾਂਦੀ ਹੈ ਅਤੇ ਬੱਸ ਦਾ ਨੁਕਸਾਨ ਜ਼ਰੂਰ ਹੁੰਦਾ ਹੈ, ਪਰ ਕਿਸੇ ਵੀ ਰਾਹਗੀਰ ਜਾਂ ਫਿਰ ਖੜੀ ਗੱਡੀ ਦਾ ਨੁਕਸਾਨ ਤੋਂ ਬਚਾ ਰਿਹਾ ਹੈ। ਜਿਹੜੇ 8:30 ਵਜੇ ਕੰਮ ਹੋਇਆ ਜੀ, ਰੈੱਡ ਲਾਈਟ ਹੋਈ ਸੀ, ਬੱਸਾਂ ਕਾਰਾਂ ਖੜੀਆਂ ਸੀ, ਕਾਰਾਂ ਨੂੰ ਬਚਾਉਣ ਤੱਕ ਜਾਂਦੇ ਇਹਨੇ ਇਹ ਵੀ ਕ੍ਰੋਸ ਕਰ ਲਿਆ, ਸਿੱਧੀ ਇੱਥੇ ਪਲਾਟ ਦੇ ਵਿੱਚ ਆਈ ਬਸ, ਪਲਾਟ 'ਚ ਆ ਕੇ ਬ੍ਰੇਕ ਫੇਲ ਹੋ ਗਈ ਬਸ। ਅੱਛਾ ਜੀ, ਕੋਈ ਨੁਕਸਾਨ ਨਹੀਂ ਹੋਇਆ? ਨਹੀਂ, ਨੁਕਸਾਨ ਸਭ ਬਚਾ ਹੋਇਆ ਜੀ।